सुर में रसंग सदा है नाले, गुर में रसंग सदा है नाले, सिमर सिमर तिस सदा सुमाले, सिमर सिमर तिस सदा
रसना प्रेम प्या Oh,
सतगुरु मैं पाया। हे मन मेरे तू सदा रहो हर माने, हर नाल रहो तो मन मेरे दुख सब विसारना। साहिब क्या नहीं दिन इच्छा सब पुराया, कह नानक सुनो संतो शब्द तेरो प्यारो। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ
मत पत कर रखा आप वाहिगुरु। हे अकाल पुरख आप खालसा जी बख्शो तन तन वाहु वाहु सच्चे पिता वाहे गुरु हजूर आप जी दे दर अरदास फरमान है जे हा दल चुंदे दे महावाक वस्ते स्वर्ग वास्ते बीबी प्रदीप कौर वार बन्ना बीबी प्रदीप कौर दी आत्मा दे आत्मक शांति दे लई श्री सहज पाठ साहब प्रारंभ करके संपूर्ण भोग पाए वे हन भोग पैन परंत आप जी दी हजूरी अंदर हरी जस कीर्तन विचार हुईया हन पढ़ी सुनी गुरबाणी दा पाठ किते हुए सतसंग दा लाभ विछड़ी हुई आत्मा नु बख्शना जे 84 लाख दियां जूना तो बचा के आप अपने पावन पवित्र चरना कमलों विच निवास बख्शना सुख शांति बख्शनी सतगुरु जीओ पिछले परिवार नु भाणा मनण दा बल बुद्ध बख्शना जे परिवार विच सुख शांति बनाई रखा करनी जे गुरसिख परिवार वालों आप जी ने आप जी ने अमृत कर दिते हन गुरसिख परिवार दे लोग परलोक पड़दे ढक के रखने पावन पवित्र कड़ा प्रशादी देव सज के हाजिर है आप जी को भोग लगे प्रशाद संगत विच वरते जो जी सके आप जी दा पावन पवित्र नाम चित आवे पावन पवित्र हुक्म नामे बख्श के नदर नदर निहाल कर आप जी दे दर ते जो जी आवे सुरा जी जावे नाम चित आवे गुरु नानक नाम शक्ति दोहराया गया पई अकाल की सब सिखन को हुक्म है गुरु ग्रंथ जी माने हो जो प्रभु को मिल बोच है मुख पसारे मी
ਹਰਦੀਪ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਕਰੋ ਗੁਰੂ ਦੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਰਮ ਸਿੰਘ ਤੇ ਸਮੂਹ ਰਹਿਲ ਪਰਿਵਾਰ ਦਾ ਅੱਜ ਪਰਿਵਾਰ ਦਾ ਉਹ ਮੈਂਬਰ ਜਿਹਨੇ ਆਪਣੀਆਂ ਗਿਣਤੀਆਂ ਮਿਣਤੀਆਂ ਤੇ ਗੂਣੀਆਂ ਦੇ ਨਾਲ ਇਸ ਪਰਿਵਾਰ ਦੇ ਮੁੱਢਲੇ ਪਰੰਪਰਾਗਤ ਸਿਸਟਮ ਦੇ ਵਿੱਚ ਐਸੀ ਰੂਹ ਫੂਕੀ, ਸਾਡੇ ਸਮਾਜਿਕ ਸਿਸਟਮ ਦੇ ਵਿੱਚ ਜਦੋਂ ਪਰਿਵਾਰ ਦੇ ਵਿੱਚ ਵੱਡੀ ਨੂੰਹ ਆਉਂਦੀ ਹੈ ਤਾਂ ਉਹ ਬਾਕੀ ਛੋਟੇ ਪਰਿਵਾਰ ਦੇ ਲਈ ਮਾਂ ਦਾ ਰੂਪ ਹੁੰਦੀ ਹੈ। ਭੈਣ ਪ੍ਰਦੀਪ ਨੇ ਜਿੱਥੇ ਪਰਿਵਾਰ ਦੇ ਵਿੱਚ ਨੂੰਹ ਦੇ ਰੋਲ ਅਦਾ ਕੀਤੇ ਉੱਥੇ ਮਾਂ ਦੇ ਰੋਲ ਵੀ ਅਦਾ ਕੀਤੇ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਤਵਿੰਦਰ ਸਿੰਘ ਜੀ ਟੌੜਾ, ਮੈਂਬਰ ਸ਼੍ਰੋਮਣੀ ਕਮੇਟੀ, ਬਾਬੂ ਕਬੀਰਦਾਸ ਜੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਾਭਾ ਹਲਕੇ ਦੇ ਇੰਚਾਰਜ ਨੇ, ਸਰਦਾਰ ਲਖਵੀਰ ਸਿੰਘ ਜੀ ਲਾਹੌਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਾਸੋਂ, ਅਤੇ ਸਾਡੇ ਅਜੀਜ਼ ਜੋ ਇਸ ਪਰਿਵਾਰ ਦੇ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੁੰਦੇ ਨੇ, ਐਡਵੋਕੇਟ ਸਰਦਾਰ ਜਗਦੀਸ਼ ਸਿੰਘ ਜੀ ਲਾਲਕਾ ਜੋ ਕਮਿਸ਼ਨਰ ਨੇ ਸੇਵਾ ਅਧਿਕਾਰ ਕਮਿਸ਼ਨ ਪੰਜਾਬ ਸਰਕਾਰ ਦੇ, ਉਹ ਵੀ ਪਹੁੰਚੇ ਨੇ। ਅਤੇ ਸਾਡੇ ਦਰਮਿਆਨ ਹਾਜ਼ਰੀ ਲਵਾ ਕੇ ਗਏ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਵਿਰਾਸਤ ਦੇ ਵਾਰਸ, ਬੀਬੀ ਕੁਲਦੀਪ ਕੌਰ ਟੌੜਾ ਮੈਂਬਰ ਸ਼੍ਰੋਮਣੀ ਕਮੇਟੀ, ਕਿਉਂਕਿ ਉਹਨਾਂ ਦਾ ਵੀ ਪਰਿਵਾਰ ਦੇ ਨਾਲ ਬੜਾ ਨਿੱਘਾ ਰਿਸ਼ਤਾ ਹੈ। ਜਥੇਦਾਰ ਹਰਪੂਰ ਸਿੰਘ ਜੀ ਅਤੇ ਮੇਰੇ ਛੋਟੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਹਿਬ, ਜਸਵੀਰ ਸਿੰਘ ਜੀ ਜੋ ਪੋਲੀਟੀਕਲ ਸੈਕਟਰੀ ਨੇ, ਸਰਦਾਰ ਮੱਖਣ ਸਿੰਘ ਜੀ ਲਾਲਕਾ ਜੋ ਹਲਕਾ ਫਤਿਹਗੜ੍ਹ ਸਾਹਿਬ ਲੋਕ ਸਭਾ ਦੇ ਇੰਚਾਰਜ ਨੇ, ਸਰਦਾਰ ਮੇਜਰ ਸਿੰਘ ਜੀ ਤੁੰਗਾ ਮੈਂਬਰ ਬਲਾਕ ਸੰਮਤੀ, ਧਰਮਪਾਲ ਜੀ, ਗੋਬਿੰਦਪੁਰਾ, ਅਵਤਾਰ ਸਿੰਘ ਜੀ ਕੱਲਰ ਮਾਜਰੀ, ਮਨਵੀਰ ਸਿੰਘ ਜੀ ਜੋ ਸਬ ਇੰਸਪੈਕਟਰ ਨੇ ਸਾਂਝ ਕੇਂਦਰ ਪਾਰਸੋਂ ਦੇ, ਕਿਉਂਕਿ ਉਹਦੇ ਵਿੱਚ ਵੀ ਬਖੂਬੀ ਸਰਦਾਰ ਕਰਮ ਸਿੰਘ ਜੀ ਰਹਿ ਕੇ ਮੈਂਬਰ ਦੇ ਤੌਰ 'ਤੇ ਆਪਣੀ ਡਿਊਟੀ ਨਿਭਾ ਰਹੇ ਨੇ, ਦਿਲਬਾਗ ਸਿੰਘ ਜੀ ਸਾਂਝ ਕੇਂਦਰ ਪਾਰਸੋਂ, ਡਾਕਟਰ ਜੀਵਨ ਜਿੰਦਲ ਜੀ ਗੋਲਡੀ ਪਾਰਸੋਂ, ਲੱਖੀ ਟੋਕਾ ਪਾਰਸੋਂ, ਨਿਰਮਲ ਸਿੰਘ ਜੀ ਰੈਸਲ, ਨਰਿੰਦਰਪਾਲ ਜੀ ਟਰੈਫਿਕ ਇੰਚਾਰਜ ਸਨਾਮ, ਉਹ ਵੀ ਹਾਜ਼ਰੀ ਲਵਾ ਕੇ ਗਏ ਨੇ, ਉਹਨਾਂ ਦਾ ਵੀ ਧੰਨਵਾਦ। ਸਮੁੱਚੀ ਪ੍ਰੈਸ, ਮੇਰੇ ਵੀਰ ਗੁਰਬਖਸ਼, ਗੁਰਪ੍ਰੀਤ, ਅਵਤਾਰ ਜੀ ਜੰਗਬਾਣੀ ਤੋਂ, ਸਰਦਾਰ ਭਰਪੂਰ ਸਿੰਘ ਜੀ ਮਟਰਾਂ, ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਅੰਗਰੇਜ਼ ਸਿੰਘ ਜੀ ਸਰਪੰਚ ਚਾਸਵਾਲ, ਮੇਜਰ ਸਿੰਘ ਜੀ ਮਟੂਡਾ, ਹਰਭਜਨ ਸਿੰਘ ਜੀ ਰਾਇਮਨ ਮਾਜਰੀ ਸਾਬਕਾ ਸਰਪੰਚ, ਸਰਦਾਰ ਬਲਜਿੰਦਰ ਸਿੰਘ ਜੀ ਬੱਬੂ ਪ੍ਰਧਾਨ ਨੇ ਸਾਬਕਾ ਟਰੈਕ ਯੂਨੀਅਨ ਪਾਸੋਂ ਦੇ, ਉਹਨਾਂ ਵੱਲੋਂ ਸਮੁੱਚੀ ਟਰਾਂਸਪੋਰਟ ਯੂਨੀਅਨ ਵੱਲੋਂ ਸੋਗ ਸੰਦੇਸ਼ ਵੀ ਆਇਆ, ਉਹਨਾਂ ਦਾ ਵੀ ਧੰਨਵਾਦ। ਸੋਗ ਸੰਦੇਸ਼ ਆਏ ਨੇ ਨੰਬੜਦਾਰ ਯੂਨੀਅਨ ਵੱਲੋਂ, ਪ੍ਰੇਮ ਕੁਮਾਰ ਲਾਲਕਾ ਜੀ ਨੰਬੜਦਾਰ ਸਾਹਿਬ ਲੈ ਕੇ ਆਏ ਨੇ, ਉਹਨਾਂ ਦਾ ਵੀ ਧੰਨਵਾਦ। ਹਰਜੇਸ਼ ਕੁਮਾਰ ਜੀ ਟਿੰਕਾ, ਟਿੰਕੂ ਜੀ ਪਾਰਸੋਂ, ਜਸਵੰਤ ਸਿੰਘ ਜੀ ਚੀਮਾ ਸਾਹਿਬ, ਜਥੇਦਾਰ ਪਿਰਥੀ ਰਾਜ ਸਿੰਘ ਜੀ ਢਿੱਲੋਂ ਚਹਿਲ, ਰਣਜੀਤ ਸਿੰਘ ਜੀ ਕੌਂਡਾ ਸਰਪੰਚ ਕੌਂਡਰ ਤੋਂ, ਮਨਜੀਤ ਸਿੰਘ ਜੀ ਸਬ ਇੰਸਪੈਕਟਰ ਨਾਭਾ, ਰਣਜੀਤ ਸਿੰਘ ਜੀ ASI ਸਾਂਝ ਕੇਂਦਰ ਪਾਰਸੋਂ ਦੇ ਇੰਚਾਰਜ ਨੇ, ਚਮਕੌਰ ਸਿੰਘ ਜੀ ਮੁੱਖ ਮੁਨਸੀ ਪਾਰਸੋਂ, ਸਰਦਾਰ ਬਲਵੰਤ ਸਿੰਘ ਜੀ ਰੰਘੇੜੀ ਜੋ ਰਿਸ਼ਤੇਦਾਰ ਨੇ, ਲਖਵਿੰਦਰ ਸਿੰਘ ਜੀ ਬਾਬਾਪੁਰ, ਭੁਪਿੰਦਰ ਸਿੰਘ ਜੀ ਕਕਰਾਲਾ, ਗੁਰਮੁਖ ਸਿੰਘ ਜੀ ਕਕਰਾਲਾ, ਦਰਸ਼ਨ ਸਿੰਘ ਜੀ ਨੰਬੜਦਾਰ ਖੂਬ ਅਤੇ ਸਮੂਹ ਖਹਿਰਾ ਪਰਿਵਾਰ, ਦਰਸ਼ਨ ਸਿੰਘ ਜੀ ਨੰਬੜਦਾਰ ਕੱਕੇਪੁਰ, ਗੁਰਮੀਤ ਸਿੰਘ ਜੀ ਪੱਟੋ ਸਾਹਿਬ, ਬੰਤ ਸਿੰਘ ਜੀ ਹੈਡ ਕਾਸਟੇਬਲ ਸਾਹਿਬ, ਗੁਰਜੰਟ ਸਿੰਘ ਜੀ ਸਹੌਲੀ,
ਜੋ ਜਨਰਲ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਨੇਤਰ ਸਿੰਘ ਜੀ ਸਾਹੌਲੀ, ਮਾਸਟਰ ਬਲਜੀਤ ਜੀ, ਕਰਮ ਸਿੰਘ ਜੀ ਸਾਬਕਾ ਸਰਪੰਚ ਅਗੌਲ ਤੋਂ, ਸਰਜੀਤ ਸਿੰਘ ਜੀ ਜੱਸੋ ਮਾਜਰਾ ਬਿੱਟੂ ਜੀ, ਨਰਿੰਦਰ ਜੋਸ਼ੀ ਜੀ ਪਾਸੋਂ, ਭਗਵੰਤ ਸਿੰਘ ਜੀ ਰਾਜਸਰ, ਡਾਕਟਰ ਬਲਕਾਰ ਸਿੰਘ ਜੀ, ਤਜਿੰਦਰ ਸਿੰਘ ਜੀ ਪੰਧੇਰ, ਨਾਹਰ ਸ਼ੂਗਰ ਮਿਲ ਤੋਂ ਸਮੂਹ ਸਟਾਫ ਪਹੁੰਚਿਆ, ਉਹਨਾਂ ਦਾ ਵੀ ਧੰਨਵਾਦ। ਗੁਰਦੇਵ ਸਿੰਘ ਜੀ ਸਰਪੰਚ ਸੁੱਧੇਵਾਲ, ਨਰਮੈਲ ਸਿੰਘ ਜੀ, ਦਾਨਾ ਸਿੰਘ ਜੀ ਫੱਗਣ ਮਾਜਰਾ, ਸਰਜੀਤ ਸਿੰਘ ਜੀ ਚਾਸਵਾਲ, ਕਾਮ ਸਿੰਘ ਜੀ ਅਗੌੜ, ਬਿੱਲੂ ਜੀ ਦਰਗਾਹ ਪਰ, ਡਾਕਟਰ ਹਰੀ ਸਰ ਪਾਠਕ, ਰਣਧੀਰ ਸਿੰਘ ਜੀ ਢੇਸਾ ਜੋ ਕੌਂਸਲਰ ਨੇ ਪਾਸੋਂ ਨਗਰ ਪੰਚਾਇਤ ਦੇ, ਮਹਿੰਗਾ ਸਿੰਘ ਜੀ ਭੜੀ ਸਾਬਕਾ ਸਰਪੰਚ ਸਾਹਿਬ, ਹਰਜਿੰਦਰ ਸਿੰਘ ਜੀ ਸਿੱਧੂ ਰਾਮਗੜ੍ਹ ਤੋਂ, ਡਾਕਟਰ ਕੇਸਰ ਸਿੰਘ ਜੀ, ਦਰਸ਼ਨ ਸਿੰਘ ਜੀ ਸਾਹੌਲੀ, ਸਿੰਗਲਾ ਸਾਹਿਬ ਜੋ ਸੈਂਕੀ ਸਿੰਗਲਾ ਜੀ ਨੇ, ਗੌਰਵ ਬਾਂਸਲ, ਗੁਰਜੰਟ ਮਟੋਡਾ ਜੀ, ਪਿਆਰਾ ਸਿੰਘ ਜੀ ਮੋਹਰਗਵਾਰਾ, ਗੁਰਬਚਨ ਸਿੰਘ ਜੀ ਨਾਨੋਕੀ ਸਾਹਿਬ, ਸਰਦਾਰ ਤਰਸੇਮ ਸਿੰਘ ਜੀ ਤਰਖੇੜੀ ਚੇਅਰਮੈਨ ਸਾਹਿਬ, ਸਰਪੰਚ ਭਜਨ ਜੀ ਕੱਲਰ ਮਾਜਰੀ, ਸਤਨਾਮ ਸਿੰਘ ਜੀ ਰੈਸਲ, ਗੁਰਮੀਤ ਸਿੰਘ ਜੀ ਕੋਟ ਸਾਹਿਬ, ਅਤੇ ਸਰਦਾਰ ਧਰਮ ਸਿੰਘ ਜੀ ਧਾਰੋ ਕੀ ਜੋ ਚਾਹ ਸਾਬਕਾ ਚੇਅਰਮੈਨ ਨੇ, ਮਾਲੋ ਤੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋ ਦੇ ਇੰਚਾਰਜ ਨੇ, ਹਰਪੂਰ ਸਿੰਘ ਜੀ ਆਲੋਵਾਲ ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਅੰਤ ਦੇ ਵਿੱਚ ਮੈਂ ਬੇਨਤੀ ਕਰੂੰਗਾ, ਮੇਰੇ ਸੋਢੇ ਵੀਰ ਆਮ ਆਦਮੀ ਪਾਰਟੀ ਤੋਂ ਜੱਸੀ ਸੋਹਣਿਆਂ ਜੀ ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਮੈਂ ਬੇਨਤੀ ਕਰੂੰ ਅੰਤ ਦੇ ਵਿੱਚ ਸਰਦਾਰ ਮੱਖਣ ਸਿੰਘ ਜੀ ਲਾਲਕਾ ਉਹ ਆਉਣ, ਕਿਉਂਕਿ ਪਰਿਵਾਰ ਦੇ ਬੜੇ ਨੇੜ ਦੇ ਮੈਂਬਰ ਨੇ, ਉਹ ਸਿਰਫ ਤੇ ਸਿਰਫ ਉਸ ਬਿਸਰੀ ਨੂੰ ਸਤਿਕਾਰਯੋਗ ਬੀਬੀ ਪ੍ਰਦੀਪ ਕੌਰ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ, ਤੇ ਪਰਿਵਾਰ ਵੱਲੋਂ ਜਿੱਥੇ ਸਤਿਗੁਰਾਂ ਦਾ ਧੰਨਵਾਦ ਕਰਨੇ ਤਾਂ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਨਗੇ। ਸਰਦਾਰ ਮੱਖਣ ਸਿੰਘ ਜੀ ਲਾਲਕਾ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਆਉਣ, ਤੇ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਗੁਰ ਦੇ ਵਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡਾ ਦੁੱਖ ਹੈ ਜਿਸ ਦੁੱਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਕਾਲ ਪੁਰਖ ਦਾ ਭਾਣਾ ਹੈ, ਹਰ ਇਨਸਾਨ ਨੂੰ ਹੁਕਮ ਹੈ ਕਿ ਵੱਲ ਇਸ ਧਰਤੀ 'ਤੇ ਆ ਕੇ ਮਰਨਾ ਪੈਂਦਾ ਹੈ। ਕਬੀਰ ਸਾਹਿਬ ਦੀ ਬਾਣੀ ਹੈ ਕਿ ਇਹ ਤਨ ਕਾਗਜ਼ ਦੀ ਕੁੜੀਆ ਬੂੰਦ ਪੜੇ ਗਲ ਜਾਏਗਾ, ਕਹਿਤ ਕਬੀਰ ਸੁਣੋ ਰੇ ਸੰਤੋਂ ਨਾਮ ਬਣਾਵੇ ਜਾਏਗਾ। ਅਕਾਲ ਪੁਰਖ ਬਖਸ਼ਿਸ਼ ਕਰਦਾ ਸਵਾਸਾਂ ਦੀ ਪੂੰਜੀ, ਅਤੇ ਇਨਸਾਨ ਉਹਦੇ ਹੁਕਮ ਅਨੁਸਾਰ ਇਸ 'ਤੇ ਆਪਣਾ ਜੀਵਨ ਬਤੀਤ ਕਰਦਾ। ਸਾਡੀ ਛੋਟੀ ਭੈਣ ਬੀਬੀ ਪ੍ਰਦੀਪ ਕੌਰ ਜੀ ਤੋਂ ਵੀ ਸਾਰਿਆਂ ਤੋਂ ਮਾਫ਼ੀ ਚਾਹੁੰਦੇ ਹਾਂ, ਜਿੱਥੇ ਲੀਡਰ ਸਾਹਿਬਾਂ ਤੋਂ ਸਾਰਿਆਂ ਦਾ ਇੱਥੇ ਆਇਆਂ ਦਾ ਜੀ ਆਇਆਂ ਕਰਦੇ ਹਾਂ, ਸਮੁੱਚੀ ਪ੍ਰੈਸ ਦਾ ਵੀ ਇੱਥੇ ਧੰਨਵਾਦ ਕਰਦੇ ਹਾਂ, ਸਮੁੱਚੇ ਇਲਾਕੇ ਦੇ ਆਏ ਹੋਏ ਸਭ ਸੰਗਤ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਧੰਨਵਾਦ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਪ੍ਰਭੂ ਨਾਲ ਜੋੜਨ ਦਾ ਹੁਕਮ ਕੀਤਾ ਹੈ, ਅਤੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ ਕਿ ਧੁੱਤੋਂ ਆਈ ਬਾਣੀ ਹੈ, ਅਤੇ ਇਹਦੇ ਮਗਰ ਚੱਲਣ ਦਾ ਸਾਨੂੰ ਬਲ ਬਖਸ਼ਿਸ਼ ਕਰਨ ਬਾਅਦ ਪਾਤਸ਼ਾਹ ਅਤੇ ਸਮੁੱਚੀ ਸੰਗਤ ਦਾ ਧੰਨਵਾਦ, ਕਿਉਂਕਿ ਮੈਨੂੰ ਕੋਈ ਲੱਭ ਨਹੀਂ ਆ ਰਹੀ। ਬਹੁਤ ਵੱਡਾ ਦੁੱਖ ਜਿਸ ਤਰ੍ਹਾਂ ਪਰਿਵਾਰ ਨੂੰ ਦੁੱਖ ਹੈ, ਮੈਨੂੰ ਵੀ ਉਸਦੇ ਦੁੱਖ ਹੈ। ਸੋ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਪਰਿਵਾਰ ਵੱਲੋਂ, ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ ਕਰਦਾ। ਜਿਸ ਸੰਗਤ ਨੇ ਚਾਹ ਨਾ ਛੱਕੀ ਉਹ ਚਾਹ ਛੱਕ ਕੇ ਜਾਵੇ, ਜਿਸ ਭਾਈ ਨੇ ਬੀਬੀ ਨੇ ਲੰਗਰ ਨਾ ਛੱਕਿਆ ਲੰਗਰ ਛੱਕ ਕੇ ਜਾਵੇ, ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਮੈਂ ਮਾਫ਼ੀ ਚਾਹੁੰਦਾ ਕਿ ਜਿਹਨਾਂ ਦੇ ਨਾਂ ਵੀ ਨਹੀਂ ਬੋਲੇ ਗਏ ਉਹਨਾਂ ਤੋਂ ਵੀ ਮਾਫ਼ੀ ਚਾਹੁੰਦੇ ਹਾਂ। ਵਾਹਿਗੁਰੂ ਅਕਾਲ ਪੁਰਖ ਬਖਸ਼ਿਸ਼ ਕਰਨ ਕਿ ਸਾਨੂੰ ਸਾਰਿਆਂ ਨੂੰ ਸਨਮਾਨ ਬਖਸ਼ਿਸ਼ ਕਰਨ ਕਿ ਅਸੀਂ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੈਕ ਨੰਬਰ ਦੇ ਉਹਨਾਂ ਵੀ ਧੰਨਵਾਦ, ਸਰਦਾਰ ਬਲਵੀਰ ਸਿੰਘ ਜੀ ਖੱਟੜਾ ਸਾਹਿਬ ਚਾਸਵਾਲ ਤੋਂ ਉਹਨਾਂ ਦਾ ਵੀ ਧੰਨਵਾਦ, ਪਰਿਵਾਰ ਵੱਲੋਂ ਉਸ ਭੈਣ ਦੀ ਕਿਰਤਾਂ ਦੇ ਵਿੱਚੋਂ ਇਸ ਗੁਰੂ ਘਰ ਦੇ ਲਈ ਬੇਦ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਲਈ ਪੱਖੇ, ਡੇਰਾ ਤਕੀਆ ਸਾਹਿਬ ਦੇ ਲਈ 1100 ਰੁਪਇਆ, ਬਾਬਾ ਸ਼ਹੀਦਾਂ ਲੋਧੀ ਵਾਲੇ ਉਹਨਾਂ ਲਈ 1100 ਰੁਪਇਆ, ਉਸ ਧਾਰਮਿਕ ਕਿਰਤਾਂ ਦੇ ਵਿੱਚੋਂ
ਭੈਣ ਦੇ ਸਨਮੁਖ ਭੇਟ ਕੀਤੀਆਂ ਗਈਆਂ ਨੇ ਪਰਿਵਾਰ ਵੱਲੋਂ। ਸੋ ਸੰਬੰਧਿਤ ਜਿਹੜੇ ਪ੍ਰਬੰਧਕ ਸੱਜਣ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਸਰਦਾਰ ਕਰਨ ਸਿੰਘ ਤੋਂ ਪ੍ਰਾਪਤ ਕਰ ਲੈਣ। ਪਰਿਵਾਰ ਨੂੰ ਬੜੀ ਅੱਜ ਉਸ ਮੈਂਬਰ ਦਾ ਜਾਣਾ ਜਿੱਥੇ ਬੱਚਿਆਂ ਲਈ ਗੁਰਵਿੰਦਰ ਪ੍ਰਗਟ ਤੇ ਭਾਈਆਂ ਦੇ ਲਈ ਚਮਕੌਰ ਗੁਰਪ੍ਰੀਤ ਲਈ ਜਿੱਥੇ ਘਾਟੇ ਪਏ ਨੇ, ਉੱਥੇ ਮੈਂ ਸਮਝਦਾ ਕਿ ਸਰਦਾਰ ਕਰਨ ਸਿੰਘ ਜੀ ਅੱਜ ਇਸ ਜੀਵਨ ਦੇ ਵਿੱਚ ਇਕੱਲੇ ਰਹਿ ਗਏ ਨੇ। ਸਤਿਗੁਰ ਕਿਰਪਾ ਕਰ, ਹੁਣ ਗੁਰੂ ਕੀਆਂ ਦੇਗਾਂ ਵਰਤਣਗੀਆਂ, ਉਪਰੰਤ ਸਾਰੇ ਵੀ ਮਾਈ ਭਾਈ ਜਿੰਨੇ ਵੀ ਸੰਗਤ, ਸੋ ਚਾਹ ਦਾ ਕੱਪ ਜ਼ਰੂਰ ਲੈ ਕੇ ਜਾਣ। ਫੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨ ਪੁੱਛਿਆ ਹੀ ਲੈ ਜਾਏ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ, ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨ What?
मेरे संग सदा है नाले गुर मेरे संग सदा है नाले सिमर सिमर तिस सदा सवाले गुरु मैं पाया वार श्री भगवते जी के पातशाह दसवी प्रथम भगवते सिमर कै गुरु नानक देते आए रंगत गुरते अमरदास राम दस हुई सहाय अर्जन हर गोबिंद बीबी प्रदीप कौर दी आत्मा दे आत्मक शांति लई श्री सहज पाठ साहब प्रारंभ करके संपूर्ण भोग पाए वे हन भोग पैन परंत आप जी दी हजूरी अंदर हरी जस कीर्तन विचार हुईया हन पढ़ी सुनी गुरबाणी दा पाठ किते हुए सतसंग दा लाभ पिछड़ी हुई आत्मा नु बख्शना जे गाओ रसना गीत रहाओ कर साध संगत सिमर मातो ओहे पतत पुनीत काल ब्याल जू परयो डोले प्रदीप कौर जी की अंतम अरदास दे विच जुड़ बैठी गुरु रूप साध संगत जी करो गुरु की फतेह परवान वाहिगुरु जी का खालसा वाहिगुरु जी की फतेहज ने हरपूर सिंह जी आलोवाल वह भी पहुंचे ने उन्होंने भी धन्यवाद अंत दे विच मैं बेनती करूँगा मेरे छोटे वीर आम आदमी पार्टी तो जस्सी सोहियाल जी वो भी पहुंचे ने उन्हों का भी धन्यवाद मैं बेनती करूँगा अंत दे सरदार मक्खन सिंह जी लालका साहब श्री गुरु ग्रंथ साहब महाराज जी पवित्र गुरु के विराजमान गुरु के अनुशासन गुरु वाहेगुरु जी का खालसा वाहेगुरु जी की फतेह बहुत ही वड्डा दुख है जिस दुख को बयान नहीं किया जा सकता उन्हां भी धन्यवाद सरदार बलवीर सिंह जी खटड़ा साहब चासवाल तो उन्हां दा भी धन्यवाद परिवार वालों उस भैन की किरतां दे विचों इस गुरु घर दे लई बेद हाई स्कूल ते प्राइमरी स्कूल लई पखे डेरा तकिया साहब दे लई 1100 रुपया बाबा शहीदां लोधी वाले उन्हां लई 1100 रुपया उस धर्म किरतां दे विचों भैण दे